सब तो पहला ना मैं मीडिया का ही थैंक यू करूँगी क्योंकि ये रब बन के मेरे घरे आए ने, ठीक है ना। जे मैं दरखास्त लिखा दिती की पता कदों तक मामला कितने पहुँचता, कदों तक मैनू इंसाफ मिलता। मैनू असली इंसाफ जिहड़ा है मीडिया ने ही दिलवाया है, ठीक है, जो सच्ची जिहड़ी गल है, ठीक है ना। मैं उत्थे दरखास्त लगा के आ गई सी। अच्छा, पहली गल जिहड़ी लाडी ने यह गल कही सी कि सानू तां दस्सिया नहीं कदों थाने चल गई कदों नहीं, उन्हूं मैं फोन करके पूछा, मैं कहा भाजी की कहिंदे आ की नाम सी उहदा, बैनीपाल बंदे पछाणन च मना क्यों कर रहा है, बस यही क्या सी। ओह ए मैनू मेरे घरे आके मैनू बोल दे कि पुत आ गल सी, इस करके मेरी मजबूरी सी, इस करके मैं मना कर रहा वा। और नहीं, ये बोलन की बजाय मेरे उल्ट हो गए जिहड़ी सीधी गल। हुण बाद विच तुसीं घरे आ के समझौते करदे फिरदे हो जां कुछ करदे फिरदे हो, सीधी मैं उहनां दे खिलाफ हाँ ते मैं खिलाफ हाँ। जिहड़े बंदे उहनां ने मेरा बायोकाट की करना आ, मैं उहनां दा बायोकाट करता। ऑर्गनाइजर मैं मनदी नहीं उहनां नूं, जिहड़े मेरे नाल खड़े ने उही ऑर्गनाइजर ने, ठीक है, उही प्रधान ने, उही सब कुछ ने, ठीक है, जिहड़े मेरे नाल खड़े ने। तो जिहड़े बंदे उस मेरे खिलाफ ने ते उन्होंने मेरा उदन कहा ना लाडी गेल नूं, मैं अज जवाब दिनी हाँ, उन्हें ये गल कही है कि मैं असी सिमरन का बायोकाट करने वाले होंगे कौन आ, इस लाइन चो मैनू कढ़न वाले होंगे कौन आ, मीडिया दे आके करे ना, पहला तां मैनू बदनाम करता, हुण तुसीं कह रहे हो मैनू महसूस हो रहा वा। मेरे प्रधान जी माफी मंगन लई कोई नहीं आया जी, ਆਪਦੀ ਆਕੜ ਚ ਹੀ ਆਏ ਸੀ ਉਦੋਂ ਵੀ। ਅੱਛਾ, ਨਹੀਂ ਮਾਫੀ ਮੂਫੀ ਮੰਗੀ ਰਾਤ, ਹਾਂ ਰਾਤ ਵੀ ਪਹਿਲੀ ਵਾਰ ਤਾਂ ਆਇਆ ਹੀ ਨਹੀਂ ਕੋਈ। ਜਦੋਂ ਮਾਮਲਾ ਸਾਰਾ ਜੀ ਅੱਗ ਵਾਂਗੂ ਫੈਲਿਆ ਤੁਹਾਡੀ ਵਜ੍ਹਾ ਨਾਲ, ਤੇ ਉਸ ਤੋਂ ਬਾਅਦ ਹੀ ਇਹ ਜਿਹੜੇ ਕਮਿਸ਼ਨਰ ਤੱਕ ਮੇਰੀ ਜਿਹੜੀ ਕੀ ਕਹਿੰਦੇ ਆਵਾਜ਼ ਸੀ ਉਹ ਪਹੁੰਚੀ ਹੈ, ਉਹ ਤੁਹਾਡੀ ਮਿਹਰਬਾਨੀ ਨਾਲ ਪਹੁੰਚੀ ਹੈ ਜੀ, ਸਾਰਿਆਂ ਦੀ ਮਿਹਰਬਾਨੀ ਨਾਲ, ਮੀਡੀਆ ਦੀ ਮਿਹਰਬਾਨੀ ਨਾਲ, ਠੀਕ ਹੈ ਜੀ। ਦੂਸਰੀ ਗੱਲ, ਉਹ ਪ੍ਰਧਾਨ ਹੁਣ ਕਹਿੰਦੀ ਹੈ ਕਿ ਮੈਂ ਪ੍ਰਧਾਨਗੀ ਛੱਡ ਦਾਂਗੀ, ਇਹ ਕਰ ਦਾਂਗੀ। ਦੇਖੋ ਜੀ, ਪਹਿਲੀ ਗੱਲ ਇਹ ਹੈ ਕਿ ਪ੍ਰਧਾਨ ਤਾਂ ਉਹਨੂੰ ਬਣਾਇਆ ਨਹੀਂ, ਜੇ ਤੂੰ ਉਹਨੂੰ ਪ੍ਰਧਾਨ ਬਣਾਇਆ ਸੀ ਤੈਨੂੰ ਕੁੜੀਆਂ ਦੀ ਪ੍ਰਧਾਨ ਬਣਾਇਆ ਸੀ, ਤੈਨੂੰ ਔਰਗਨਾਈਜ਼ਰਾਂ ਦੀ ਪ੍ਰਧਾਨ ਬਣਾਇਆ ਸੀ ਕਿ ਤੂੰ ਉਹਨਾਂ ਦੇ ਵਿੱਚ ਜਾ ਕੇ ਖੜ ਜਾ, ਤੂੰ ਕੁੜੀਆਂ ਦੇ ਹੱਕ 'ਚ ਫੈਸਲਾ ਲੈਂਦੀ, ਠੀਕ ਹੈ ਨਾ। ਹੁਣ ਉਹ ਜਿਹੜੀ ਉਹਨੇ ਕਿਹਾ ਹਾਂਜੀ ਦਾਰੂ ਪੀਤੀ ਹੋਈ ਸੀ, ਬੰਦਾ ਨੂੰ ਪੁੱਛਿਆ ਤੂੰ ਉੱਥੇ ਮੌਜੂਦ ਸੀ, ਤੂੰ ਉੱਥੇ ਹੈ ਸੀ। ਮੈਂ ਤਾਂ ਕਹਿੰਦੀ ਹਾਂ ਮੇਰਾ ਸਿਰ ਖਾਣ ਨਾਲ ਆਉਣਾ, ਉਹਨਾਂ ਨੂੰ ਇੱਕ ਵਾਰੀ ਚੱਜ ਨਾਲ ਮੇਰੇ ਸਾਹਮਣੇ ਬਿਠਾ ਕੇ ਇੱਕ ਵਾਰੀ ਪੁੱਛਿਆ ਜਾਵੇ। ਮੈਂ ਚਾਹੁੰਦੀ ਹਾਂ ਲੀਸ਼ਾ ਨੂੰ ਅਤੇ ਜਿਹੜੇ ਇਹ ਮੇਰੇ ਖਿਲਾਫ਼ ਆ ਮੇਰੇ ਸਾਹਮਣੇ ਬਿਠਾ ਕੇ ਇਹਨਾਂ ਨੂੰ ਫਿਰ ਉੱਧਰ, ਮੇਰੀ ਸਭ ਤੋਂ ਵੱਡੀ ਗਲਤੀ ਹੋ ਗਈ ਕਿ ਜਿਹੜਾ ਮੈਂ ਸਮਰਾਲਾ ਪੁਲਿਸ ਸਟੇਸ਼ਨ ਪਹੁੰਚੀ ਨਹੀਂ, ਕਿਉਂਕਿ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ ਹੈ ਜਿਹੜੇ ਬੰਦੇ, ਕਿਉਂਕਿ ਜਿਨ੍ਹਾਂ ਨੂੰ ਮੈਂ ਪਹਿਲਾਂ 20 ਵਾਰੀ ਪਰਖਿਆ ਹੋਵੇ। ਉਸ ਤੋਂ ਬਾਅਦ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ, ਮੀਡੀਆ ਨੂੰ ਮੈਂ ਖੁਦ ਕਿਹਾ ਸੀ ਮੈਂ ਉੱਥੇ ਆ ਰਹੀ ਹਾਂ, ਉਸ ਤੋਂ ਬਾਅਦ ਮੈਂ ਕਿਉਂ ਨਹੀਂ ਗਈ। ਇਹ ਔਰਗਨਾਈਜ਼ਰ ਮੇਰੇ ਘਰ ਆਉਣ ਦੀ ਬਜਾਏ ਪੁਲਿਸ ਥਾਣੇ 'ਚ ਕੀ ਕਰਦੇ ਫਿਰਦੇ ਸੀਗੇ, ਮੇਰੇ ਘਰ ਆਉਂਦੇ, ਠੀਕ ਹੈ ਨਾ, ਮੇਰੇ ਘਰ ਆਉਣਾ ਚਾਹੀਦਾ ਸੀ ਸਰ ਜੀ ਇਹਨਾਂ ਨੂੰ, ਇਹ ਉੱਥੇ ਕੀ ਲੈਣ ਗਏ ਜੇ ਇੰਨਾ ਹੀ ਇਹਨਾਂ ਦਾ ਉਹ ਸੀਗਾ ਤਾਂ। ਜਿਹੜੇ ਮੇਰੇ ਨਾਲ ਖੜੇ ਨੇ ਮੈਂ ਤਾਂ ਉਹਨਾਂ ਨੂੰ ਸਭ ਕੁਛ ਮੰਨਦੀ, ਪ੍ਰਧਾਨ ਵੀ ਉਹਨਾਂ ਨੂੰ ਮੰਨਦੀ ਆ, ਔਰਗਨਾਈਜ਼ਰ ਵੀ ਉਹਨਾਂ ਨੂੰ ਮੰਨਦੀ, ਸਭ ਕੁਛ ਉਹਨਾਂ ਨੂੰ ਮੰਨਦੀ ਜਿਹੜੀ ਮੇਰੀ ਸਪੋਰਟ 'ਚ ਖੜੇ ਨੇ। ਦੇਖੋ ਜੀ, ਇਹ ਇੱਕ ਮੈਂ ਬ੍ਰੋਡਕਾਸਟ ਦੇ ਵਿੱਚ ਵੀ ਇਹ ਗੱਲ ਕਹੀ ਆ ਕਿ ਉਹ ਬੰਦਿਆਂ ਵਾਂਗੂ ਆਪਣੀ ਈਗੋ ਛੱਡ ਕੇ ਆ ਕੇ ਮੈਨੂੰ ਕਹਿ ਦੇਵੇ ਕਿ ਮੇਰੇ ਤੋਂ ਗਲਤੀ ਹੋ ਗਈ, ਇਹ ਚੀਜ਼ ਵਾਸਤੇ ਸਾਰੀ ਦੁਨੀਆ ਵਾਸਤੇ ਇੱਕ ਸਬਕ ਹੋ ਜੂਗਾ ਕਿ ਚੱਲ ਵੀ ਮੁੰਡੇ ਵੀ ਮਾੜੇ ਨਹੀਂ ਹੁੰਦੇ ਅਤੇ ਕੁੜੀਆਂ ਵੀ ਮਾੜੀਆਂ ਨਹੀਂ ਹੁੰਦੀਆਂ, ਠੀਕ ਹੈ। ਪਰ ਇਹ ਜੇ ਤੁਸੀਂ ਕਹੋ ਕਿ ਇਹ ਚੀਜ਼ਾਂ ਮੈਂ ਰਿਸ਼ਵਤ ਲੈ ਕੇ ਬੋਲ ਰਹੀ ਹਾਂ ਜਾਂ ਕੁਛ ਬੋਲ ਰਹੀ ਹਾਂ, ਅੱਛਾ ਉਹਨਾਂ ਨੇ ਮੁੰਡਾ ਤਾਂ ਫੜ ਲਿਆ, ਠੀਕ ਹੈ, ਉਹਦਾ ਨਕਾਬ ਬਣਾ ਕੇ ਆਪਸ 'ਚ ਪੁਲਿਸ ਵਾਲੇ ਵੀਡੀਓ ਬਣਾ ਰਹੇ ਨੇ ਕੈਮਰੇ ਰੱਖ ਕੇ। ਉਹ ਫੇਕ ਵੀਡੀਓ ਕਹਿ ਰਹੇ ਨੇ ਜੀ, ਉਹ ਕਹਿੰਦੇ ਕਿ ਫੇਕ ਵੀਡੀਓ ਹੈ, ਵੀਡੀਓ ਉਹਨਾਂ ਦੀ ਨਹੀਂ ਹੈਗੀ, ਉਹ ਵੀਡੀਓ ਉਹਨਾਂ ਦੀ ਨਹੀਂ ਹੈਗੀ, ਉਹ ਫੇਕ ਹੈ ਵੀਡੀਓ, ਫੇਕ ਹੈ ਵੀਡੀਓ। ਉਹ ਕਿਹਨਾਂ ਨੇ ਬਣਾਤੀ ਫਿਰ? ਉਹ ਵੈਸੇ ਕਿਸੇ ਨੇ ਸੋਸ਼ਲ ਮੀਡੀਆ 'ਤੇ ਫੇਕ ਵੀਡੀਓ ਪਾ ਦਿੱਤੀ, ਪਰ ਗੱਲ ਸਵਾਲ ਇੱਥੇ ਆਉਂਦਾ ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਖਿਲਾਫ਼ ਤੁਸੀਂ ਪਰਚਾ ਕਰਾਇਆ, ਉਹ ਜਿਹੜੇ ਮੁੰਡੇ ਨਾਲ ਮੈਨੂੰ ਸ਼ਿਕਾਇਤ ਹੈ
ਉਹ ਮੁੰਡੇ ਦੀ ਮੈਨੂੰ ਚੰਗੀ ਤਰ੍ਹਾਂ ਪਛਾਣ ਹੈ, ਉਸ ਮੁੰਡੇ ਦੀ ਮੇਰੇ ਤੋਂ ਫੋਟੋ ਹੈਗੀ ਆ, ਮੈਨੂੰ ਉਹ ਵਾਲਾ ਮੁੰਡਾ ਪੇਸ਼ ਕਰਕੇ ਦਿੱਤਾ ਜਾਵੇ ਅਤੇ ਉਹ ਆ ਕੇ ਮੀਡੀਆ ਦੇ ਸਾਹਮਣੇ ਜਿੱਦਾਂ ਮੇਰਾ ਜਲੂਸ ਨਿਕਲਿਆ ਵਾ, ਜਿੱਦਾਂ ਮੇਰੀ ਬਦਨਾਮੀ ਹੈ, ਐਡੀ ਮੇਰੀ ਬਦਨਾਮੀ ਹੋਈ ਹੈ ਇਸ ਚੀਜ਼ ਬਦਲੇ, ਅਤੇ ਜਿਹੜੇ ਚੰਗਾ ਹੋਇਆ ਹੋਈ ਮੇਰੀ ਬਦਨਾਮੀ ਕਿ ਮੈਨੂੰ ਪਤਾ ਲੱਗ ਗਿਆ ਕਿ ਕਿਹੜੇ ਖੜ੍ਹੇ ਨਾਲ ਅਤੇ ਕਿਹੜੇ ਨਹੀਂ ਖੜ੍ਹੇ, ਠੀਕ ਆ, ਚੰਗਾ ਹੋਇਆ, ਚਲੋ ਜੋ ਵੀ ਹੈ। ਉਸ ਤੋਂ ਬਾਅਦ ਜਿਹੜੀ ਮੇਰੀ ਸੈਲਫ ਰਿਸਪੈਕਟ ਅਤੇ ਜਿਹੜੀ ਮੇਰੀ ਗੱਲ ਸੀਗੀ, ਜਿਹੜਾ ਮੇਰਾ ਮੁੱਦਾ ਅੱਜ ਵੀ ਉਹੀ ਹੈ ਕਿ ਉਹ ਬੰਦਾ ਕੈਮਰੇ ਦੇ ਮੂਹਰੇ ਆ ਕੇ ਨਕਾਬ ਢੱਕ ਕੇ ਨਾ ਆਵੇ, ਜਿੱਦਾਂ ਮੈਂ ਸਾਹਮਣੇ ਆ ਰਹੀ ਹਾਂ ਨਾ, ਉਹ ਮੁੰਡਾ ਸਾਹਮਣੇ ਆ ਕੇ ਇਹ ਬੋਲਦੇ ਕਿ ਚਲੋ ਜੀ ਹਾਂ ਮੈਂ ਹੀ ਸੀਗਾ ਉਹ ਜਿਹੜੀ ਆ ਗਲਤੀ ਕੀਤੀ, ਬੇਸ਼ੱਕ ਮੇਰੇ ਤੋਂ ਸੋਰੀ ਉਹ ਨਾ ਮੰਗੇ, ਲੇਕਿਨ ਇੱਕ ਵਾਰੀ ਆ ਜਾਵੇ ਉਹ ਮੰਨ ਲਵੇ, ਜਿਹੜੇ ਮੁੰਡੇ ਦੀ ਮੈਂ ਤੁਹਾਨੂੰ ਹੁਣ ਫੋਟੋ ਦਿਖਾਊਂਗੀ ਉਹ ਮੰਨ ਜਾਵੇ। ਮੇਰਾ ਫੋਨ ਕਿੱਥੇ ਗਿਆ? ਸਿਮਰ ਹੁਣ ਅੱਗੇ ਕੀ, ਅੱਜ ਤਾਂ ਤੁਸੀਂ ਕੱਟ ਕਰ ਲਿਆ ਵਾ, ਅੱਗੇ ਕੀ ਹੁਣ ਤੁਸੀਂ ਸੋਚਿਆ ਕਿ ਕੀ ਪਲੈਨਿੰਗ ਹੈਗੀ ਤੁਹਾਡੀ? ਤੁਸੀਂ ਨਾਲ ਦੀ ਗੱਲਬਾਤ ਕਰ ਲਓ। ਬਕਾਇਦਾ SHO ਸਾਹਿਬ ਨੇ ਮੈਨੂੰ ਫੋਟੋਆਂ ਭੇਜੀਆਂ ਉਹਨਾਂ ਦੀਆਂ ਕਿ ਤੁਸੀਂ ਪਹਿਚਾਣ ਕਰੋ ਇਹਨਾਂ ਦੀ। ਇਹ ਜਿਹੜੇ ਮੁੰਡੇ ਫੜੇ ਜੀ ਉਹਨਾਂ ਦੀ ਪਛਾਣ ਤੁਸੀਂ ਕਰਾ ਲਗੇ? ਦੇਖੋ ਇਹ ਮੁੰਡੇ ਜੀ ਉੱਥੇ ਵਿਆਹ ਤੇ ਮੌਜੂਦ ਸੀਗੇ। ਸਭ ਤੋਂ ਪਹਿਲਾਂ ਤੁਸੀਂ ਇਹ ਮੁੰਡਾ ਉਹਨਾਂ ਨੇ ਫੜਿਆ ਸੀਗਾ ਜਿਹਦਾ ਨਾਮ ਜਗਰੂਪ ਦੱਸਿਆ ਜਾ ਰਿਹਾ, ਠੀਕ ਹੈ, ਤੇ ਇਸ ਵਿਚਾਰੇ ਦੀ ਕੋਈ ਗਲਤੀ ਨਹੀਂ ਹੈ ਇਹਦੇ ਵਿੱਚ, ਠੀਕ ਹੈ। ਦੇਖੋ ਜੇ ਕਿਸੇ ਬਗਾਨੇ ਮਾਂ ਦੇ ਪੋਤੇ ਛਿੱਤਰ ਪੈ ਜਾਣ, ਉਹਦਾ ਰਿਮਾਂਡ ਲਿਆ ਜਾਵੇ, ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਕਿ ਯਾਰ ਇਹ ਤਾਂ ਉਹ ਸੀ ਨਹੀਂ ਜਿੱਤੋਂ ਬਕਾਇਆ ਜਾ ਰਿਹਾ ਆ। ਇਹ ਪੁਲਿਸ ਦਾ ਜਿਹੜਾ ਰੀਡਰ ਹੈ, ACP ਦਾ ਰੀਡਰ, ਉਹ ਤੁਸੀਂ ਕਹਿ ਰਹੇ ਹੋ ਤੁਸੀਂ? ਮੈਨੂੰ ਨਹੀਂ ਜੀ ਪਤਾ, ਮੇਰੇ ਵਾਸਤੇ ਇਹ ਆਡੀਅੰਸ ਸੀਗੀ ਉਸ ਦਿਨ, ਠੀਕ ਹੈ ਨਾ, ਉਹ ਪੁਲਿਸ ਦਾ ਲੀਡਰ ਸੀ, ਮੈਨੂੰ ਨਹੀਂ ਪਤਾ ਉਹ ਲੀਡਰ ਸੀ, ਚਾਹੇ ਉਹ ਪੁਲਿਸ ਵਾਲਾ ਸੀ, ਚਾਹੇ ਉਹ ਨੌਕਰ ਸੀ, ਚਾਹੇ ਉਹ ਕੰਮ ਵਾਲਾ ਸੀ, ਮੈਨੂੰ ਨਹੀਂ ਪਤਾ। ਉਸ ਵੇਲੇ ਮੈਂ ਆਰਟਿਸਟ ਸੀਗੀ ਅਤੇ ਉਹ ਉਸ ਵੇਲੇ ਆਡੀਅੰਸ ਸੀਗਾ ਮੇਰਾ, ਰਾਈਟ ਨਾ, ਉਸ ਵੇਲੇ ਮੇਰਾ ਉਹ ਆਡੀਅੰਸ ਸੀਗਾ ਅਤੇ ਉਸ ਟਾਈਮ ਮੈਂ ਇੱਕ ਪਰਫੋਰਮਰ ਸੀਗੀ ਜਿਹਨੂੰ ਆਪਾਂ ਡਾਂਸਰ ਕਹਿ ਦਿੰਦੇ ਉਹ ਸੀਗੀ। ਅਤੇ ਲੇਕਿਨ ਜਿਹੜਾ ਮੁੱਦਾ ਪਹਿਲਾਂ ਵੀ ਆਪਣਾ ਉੱਠਿਆ ਕਿ ਦੇਖੋ ਜੀ ਰਿਸਪੈਕਟ ਕਰਕੇ ਮੈਂ ਇਹ ਚੀਜ਼ ਨੂੰ ਚੱਕਿਆ, ਠੀਕ ਹੈ, ਅਤੇ ਉਸ ਉਸ ਬੰਦੇ ਨੂੰ ਇਹ ਪੇਸ਼ ਕਿਉਂ ਨਹੀਂ ਕਰ ਰਹੇ? ਉਹਦੇ ਨਾਲ ਮੇਰੀ ਕੀ ਸੀ DJ ਦਾ ਨਾਮ ਬੈਣੀਪਾਲ ਨੇ ਇਹ ਪਛਾਣਨ ਤੋਂ ਇਨਕਾਰ ਕਿਉਂ ਕੀਤਾ? ਜਿਹੜਾ ਹੁਣ ਮੈਂ ਉਹਨੂੰ ਖਿੱਚਾਂ ਵਿੱਚ ਇਸ ਮਾਮਲੇ ਦੇ ਵਿੱਚ ਕਿ ਤੂੰ ਮੁੱਕਰਦਾ ਕਿਉਂ ਪਿਆ ਹੋਇਆ, ਤੂੰ ਮੇਰੇ ਖਿਲਾਫ਼ ਉਲਟਾ, ਜਿਹਨੇ ਦਾਰੂ ਪੀਤੀ ਹੋਈ ਸੀ ਜੀ ਉਹ ਤੁਹਾਡੇ ਬਿਆਨ ਚੱਲਦੇ, ਉਹ ਕਹਿੰਦਾ ਉਹ ਵੀਡੀਓ ਪਾਈ ਆ, ਉਹ ਵੀਡੀਓ, ਆਹ ਕੀ ਗੱਲਾਂ ਹੋਈਆਂ? ਮੈਂ ਜਿਹੜੀ ਵੀਡੀਓ ਬੱਚੀਆਂ ਨਾਲ ਨੱਚਦੀ ਪਈ ਹਾਂ ਉਹ ਵੀਡੀਓ ਉਸੇ ਦਿਨ ਦੀ ਆ, ਅਤੇ ਜਿਹੜੀ ਇਹਨਾਂ ਨੇ ਮੇਰੀ ਵਾਇਰਲ ਹੋਈ ਉਹ ਵੀ ਉਸੇ ਦਿਨ ਦੀ, ਹੈ ਨਾ, ਅਤੇ ਦੂਜਾ ਇੱਕ ਬੰਦਾ ਉਹਨਾਂ ਦੇ ਨਾਲ ਹੀ ਜਿਹੜਾ ਆ ਉਹ ਕਹਿ ਰਿਹਾ ਵਾ ਕਿ ਬਈ ਉਹ ਵੀਡੀਓ, ਚਲ ਇਹ ਸਫਾਈਆਂ 'ਤੇ ਦਫਾ ਕਰੋ, ਮੁੱਦੇ ਦੇ ਗੱਲ 'ਤੇ ਆਉਂਦੇ ਹਾਂ। ਅਤੇ ਜਿਹਦੇ ਨਾਲ ਮੇਰਾ ਵਿਵਾਦ ਹੋ ਆਹ ਮੁੰਡਾ ਹੈ, ਫੜੇ ਗਏ ਕਿ ਨਹੀਂ ਫੜੇ ਗਏ ਇਹ ਮੈਨੂੰ ਨਹੀਂ ਪਤਾ ਨਾ, ਤੇ ਮੈਨੂੰ ਪੁਲਿਸ ਆਣ ਕੇ ਪਹਿਚਾਣ ਕਰਾਣ ਇਸ ਚੀਜ਼ ਦੀ। ਬਿਲਕੁਲ, ਜੇ ਲੜਕਾ ਆ ਕੇ ਮੀਡੀਆ ਦੇ ਸਾਹਮਣੇ ਜਿਵੇਂ ਮੇਰਾ ਜਲੂਸ ਨਿਕਲਿਆ ਉਸ ਤਰੀਕੇ ਨਾਲ, ਮੈਂ ਇਹ ਨਹੀਂ ਕਹਿੰਦੀ ਕਿ ਉਹ ਮੇਰੇ ਤੋਂ ਮਾਫ਼ੀ ਮੰਗ ਲਏ, ਇੱਕ ਵਾਰੀ ਆ ਕੇ ਕਬੂਲ ਲਵੇ ਕਿ ਹਾਂ ਮੈਂ ਗਲਾਸ ਮਾਰਿਆ ਸੀ ਜਾਂ ਕੁਛ ਕੀਤਾ ਸੀਗਾ, ਅਤੇ ਮੈਂ ਉਹਨੂੰ ਮਾਫ਼ ਵੀ ਕਰ ਦੂੰਗੀ, ਇਹ ਕੋਈ ਰਿਸ਼ਵਤ ਵਾਲਾ ਜਾਂ ਕੁਛ ਵੀ ਮਾਮਲਾ। ਲੇਕਿਨ ਜੇ ਇਹ ਸਿੱਧੇ ਇਹਦੇ ਧੌਣ 'ਚ ਕੀਲਾ ਚੰਗੀ ਤਰੀਕਾ ਗੱਡਿਆ ਹੋਇਆ ਜੇ ਨਹੀਂ ਨਿਕਲ ਰਿਹਾ, ਤਾਂ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ, ਅਤੇ ਮੈਂ ਇਨਸਾਫ਼ ਇਸ ਚੀਜ਼ ਦਾ ਅੱਜ ਵੀ ਇਹ ਇਹੀ ਕਹੂੰਗਾ।